ਹਾਊਸ ਆਫ ਰਿਪ੍ਰੈਜ਼ੈਂਟੇਟ ਅੱਜ ਅਸੀਂ ਜ਼ਿਲ੍ਹਾ ਫੈਸਲਾਬਾਦ ਤਹਿਸੀਲ ਸਮੁੰਦਰੀ ਮੱਛਾ ਨਿੱਕਾ ਦੁੱਧ ਮੇਲਾ ਮੁਕਾਬਲਾ ਤੇ ਆਏ ਹਾਂ ਤੇ ਵੀਡੀਓ ਬਣਾ ਰਹੇ ਹਾਂ। ਇਹਦੇ ਵਿੱਚ ਜਿਹੜੀਆਂ ਪਾਕਿਸਤਾਨ ਦੀਆਂ ਬੜੀਆਂ ਨਾਮਵਰ ਪੂਰੇ ਪੰਜਾਬ ਤੋਂ ਮੱਝਾਂ ਆਈਆਂ ਨੇ। ਇਸ ਵੇਲੇ ਜਿਹੜੀ ਫਰੇਮ 'ਚ ਤੁਸੀਂ ਮੱਝ ਦੇਖ ਰਹੇ ਜੇ ਪੱਤੋ ਕੀ ਮੇਲਾ 2022 ਦੀ ਵਿਨਰ ਆ। ਮੱਝ ਦਾ ਨਾਂ ਜੀ ਚੰਨ, ਓਨਰ ਹੈਗੇ ਨੇ ਰਾਣਾ ਅਦੀਲ ਸਾਹਿਬ, ਰਾਣਾ ਅਬਦੁਲ ਸਤਾਰ ਬੋਧੀ ਸਾਹਿਬ ਤੇ ਵਾਲੇਕੁਮ ਸਲਾਮ। ਕੀ ਹਾਲ ਜੀ ਰਾਣਾ ਸਾਹਿਬ? ਸਲਾਮ। ਮੱਝ ਲੈ ਕੇ ਆਏ ਜੇ? ਕੀ ਨਾਮ ਮੱਝ ਦਾ ਜੀ? ਚੰਨ। ਮਾਸ਼ਾਅੱਲਾ, ਪੱਤੋ ਕੀ ਮੇਲਾ ਵੀ ਜਿੱਤਿਆ, ਉਹਦੀ ਵੀ ਤੁਹਾਨੂੰ ਮੁਬਾਰਕਬਾਦ ਜਨਾਬ। ਤੇ ਸੁਣਾਓ ਅੱਜ ਕੀ ਸੂਰਤ ਹਾਲ ਹੈਗੀ ਹੈ? ਇਨਸ਼ਾਅੱਲਾ ਜੀ। ਹੋਰ ਜੀ, ਸਾਰੀ ਖੈਰੀਅਤ? ਠੀਕ ਹੈ ਜੀ। ਜੀ ਦੋਸਤੋ, ਦੂਸਰੀ ਮੱਝ ਵੀ ਰਾਣਾ ਮੋਦੀ ਸਾਹਿਬ ਹੋਣਾ ਜੀ ਹੈ। ਇਹ ਮੱਝ ਦਾ ਨਾਂ ਜੇ ਰੋਜ ਰਾਣਾ ਸਾਹਿਬ ਦੱਸੋ ਇਹਦੀ ਗੱਲਬਾਤ। ਮਾਸ਼ਾਅੱਲਾ, ਪੱਤੋ ਕੀ ਮੇਲੇ ਨੂੰ ਚੰਗਾ ਦੌਰ ਕੀਤਾ ਇਹਨੇ। ਇੱਥੇ ਬਈ ਗਰਮੀ ਜ਼ਿਆਦਾ ਹੋ ਗਈ ਹੈ, ਉਹਦੀ ਵਜ੍ਹਾ ਤੋਂ ਮਾਈ ਥੋੜੀ ਗਰਮੀ ਸਿਸਟਮ ਹੋ ਗਈ। ਹੋਰ ਇਹਨੂੰ ਮਸਲਾ ਕੋਈ? ਚਲੋ ਹੋਰ ਮਾਸ਼ਾਅੱਲਾ, ਤੁਹਾਡੀ ਪਹਿਲੇ ਨੰਬਰ ਤੇ ਮਾਈ ਤੇ ਚੰਨ ਜਿਹੜੀ ਹੈ ਦੁੱਧ ਕਰਦੀ ਰਹੀ। ਚੰਨ ਵੀ ਥੋੜਾ ਜਿਹਾ ਘਟੀ ਹੈ ਆਪਣੀ ਗਰਮੀ ਦੀ ਵਜ੍ਹਾ। ਸਹੀ ਸਹੀ, ਚਲੋ ਠੀਕ ਹੈ ਜੀ। ਹੋਰ ਜੀ ਦੋਸਤੋ, ਇਸ ਵੇਲੇ ਹੁਣ ਤੁਹਾਨੂੰ ਅਸੀਂ ਜਿਹੜੀ ਮੱਝ ਦਿਖਾਉਣ ਲੱਗੇ ਹਾਂ, ਪੱਤੋ ਕੀ ਮੇਲਾ ਦੀ ਤੀਸਰੀ ਪੋਜੀਸ਼ਨ ਦੀ ਮੱਝ ਆ, ਉਹਦੇ ਓਨਰ ਨਾਲ ਵੀ ਗੱਲ ਕਰਾਵਾਂਗੇ। ਮੱਝ ਦਾ ਨਾਂ ਜੇ ਰਾਂਝਨ ਭਾਬਾ ਸਾਹਿਬ ਹੋ ਰਿਹਾ। ਮੱਝ ਜਿਹੜੀ ਤੁਸੀਂ ਦੇਖ ਰਹੇ ਜੇ ਰਾਂਝਨ, ਇਸ ਸਾਲ ਇਹਨੇ ਜਿਹੜੇ 3 ਮੇਲੇ ਖੇਲੇ ਨੇ, ਫੈਸਲਾਬਾਦ ਮੇਲੇ ਦੀ ਵਿਨਰ। ਫੈਸਲਾਬਾਦ ਮੇਲਾ ਹੋਇਆ ਸੀਗਾ ਬਾਬੇ ਮੋਤੀ ਦਾ, ਮੋਤੀਆਂ ਵਾਲੇ ਦਾ, ਉਹਦੀ ਇਹ ਵਿਨਰ ਆ। ਉਸ ਤੋਂ ਬਾਅਦ ਪੱਤੋ ਕੀ ਮੇਲੇ ਦੀ ਇਹ ਦੂਸਰੀ ਤੀਸਰੀ ਪੋਜੀਸ਼ਨ ਸੀ ਆ, ਤੇ ਅੱਜ ਇਹ ਜਿਹੜਾ ਰੌਣਕ ਮੇਲੇ ਦੀ ਵਧਾ ਰਹੀ ਆ ਫੈਸਲਾਬਾਦ ਮੇਲੇ ਵਿੱਚ। ਅਸੀਂ ਇਹਨਾਂ ਦੇ ਉਹਨਾਂ ਨਾਲ ਵੀ ਗੱਲ ਕਰਨੇ ਆ। ਅਸਲਾਮੁਅਲੈਕਮ ਜੀ। ਸੁਣਾਓ ਕੀ ਹਾਲ ਆ? ਅਸਲਾਮ, ਆਪਣਾ ਪੂਰਾ ਨਾਂ ਦੱਸੋ ਤੇ ਜਗ੍ਹਾ ਦੱਸੋ, ਕਿੱਥੋਂ ਆਏ ਜੀ? ਉਸਮਾਨ ਅਲੀ ਗੁੱਜਰ ਜੀ, ਫੈਸਲਾਬਾਦ। ਅੱਛਾ ਜੀ, ਉਸਮਾਨ ਅਲੀ ਗੁੱਜਰ। ਸਹੀ, ਸੁਣਾਓ ਇਹ ਮਾਝੀ ਮਾਸ਼ਾਅੱਲਾ ਜਿਹੜੀ ਐਰ ਕੀ 3 ਮੇਲੇ ਖੇਲ ਚੁੱਕੀ? ਹਾਂਜੀ, ਅਲਹਮਦੁਲਿਲਾ 3 ਮਹੀਨੇ, 3 ਮੇਲੇ ਲਗਾਤਾਰ ਇੱਕ ਸੂਏ ਚ 3 ਮੇਲੇ ਖੇਲ ਲਏ। ਅੱਜ ਅਸੀਂ ਫੈਸਲਾਬਾਦ ਤਹਿਸੀਲ ਸਮੁੰਦਰੀ ਜਿਹੜੀ ਤੁਹਾਡੇ ਘਰ ਦੀ ਵੀ ਤਹਿਸੀਲ ਹੈ, ਬਾਈ ਮੇਲਾ ਸੀ। ਅੱਛਾ ਜੀ, ਇਸ ਵਾਸਤੇ ਬਹੁਤ ਸ਼ਦੀਦ ਹੋ ਗਿਆ ਆਪਣਾ ਬਾਈ ਮੇਲਾ ਆਉਣੇ ਦੀ ਵਜ੍ਹਾ ਤੋਂ ਸਾਨੂੰ ਇੱਥੇ ਆਉਣਾ ਜਿਹੜਾ ਸਾਡਾ ਜ਼ਰੂਰੀ ਹੋਇਆ। ਚਲੋ ਠੀਕ ਆ, ਤੇ ਸੁਣਾਓ ਸੁਬਹ ਫਿਰ ਮੱਝ ਨੇ ਪਹਿਲੀ ਪੱਕੀ ਚੋਈ ਜੀ ਕਿੰਨਾ ਦੁੱਧ ਕੀਤਾ? ਮੱਝ ਰਾਤੀ ਡਿਸਟਰਬ ਹੋ ਗਈ ਸੀ। ਅੱਛਾ ਜੀ, ਚਲੋ ਜੀ, ਅੱਲਾ ਤਾਲਾ ਬਿਹਤਰ ਕਰੇਗਾ ਜੀ। ਠੀਕ ਆ ਜੀ, ਮਾਝ ਜੀ, ਇਸ ਵੇਲੇ ਹੋਰ ਦੋਸਤ ਵੀ ਮੇਲੇ ਵਿੱਚ ਮੌਜੂਦ ਆ, ਉਹਨਾਂ ਨਾਲ ਵੀ ਗੱਲ ਕਰਨੇ ਆ। ਇਸ ਵੇਲੇ ਖਾਸ ਨੀਲੀ ਦੇ ਲਾ ਕੇ ਤੋਂ ਸਹੀ ਦੱਸਣ ਤੋਂ ਬਾਅਦ ਵੀ ਸਾਡੇ ਕੋਲ ਮੌਜੂਦ ਨੇ ਚੋਰੀ ਅਰਫਾਨ ਗੁੱਜਰ ਸਾਹਿਬ 455 ਅਗਸਤ ਤੇ ਭਾਈ ਕਾਸਮ ਗੁੱਜਰ ਸਾਹਿਬ, ਇਹ ਵੀ ਮੌਜੂਦ ਆ, ਇਹਨਾਂ ਨਾਲ ਵੀ ਗੱਲ ਕਰਨੇ ਆ। ਅਸਲਾਮੁਅਲੈਕਮ ਵੀਰ ਸਾਹਿਬ, ਸ਼ੁਕਰ ਅਲਹਮਦੁਲਿਲਾ, ਤੁਸੀਂ ਸੁਣਾਓ ਠੀਕ ਠਾਕ ਜੀ? ਵੀਰ ਸਾਹਿਬ ਮੇਲਿਆਂ ਚ ਆਉਂਦੇ ਹੋ ਤੇ ਰੌਣਕ ਵੱਧ ਜਾਂਦੀ ਮੇਲੇ ਦੀ? ਚਲੋ ਜੀ, ਅੱਲਾ ਤਾਲਾ ਤੁਹਾਨੂੰ ਜਿਹੜਾ ਖੁਸ਼ ਰੱਖੇ ਜੀ, ਕਾਇਮ ਰੱਖੇ। ਤੇ ਅੱਜ ਤੁਸੀਂ ਫੈਸਲਾਬਾਦ ਆਏ ਜੇ, ਭਾਈ ਇਰਫਾਨ ਹੁਣ ਨਾਲ ਮੋਢੇ ਨਾਲ ਮੋਢਾ ਲਾ ਕੇ ਮਾਸ਼ਾਅੱਲਾ ਖੜੇ ਜੇ। ਚਲੋ ਜੀ, ਬਹੁਤ ਮਿਹਰਬਾਨੀ ਜੀ। ਕਾਸਮ ਭਾਈ, ਠੀਕ ਠਾਕ? ਸੁਣਾਓ ਮੇਲੇ ਦੀ ਬਾਰੇ। ਮੱਝ ਨੇ ਮਾਸ਼ਾਅੱਲਾ ਦੁੱਧ ਤੁਹਾਡੀ ਜਿਹੜੀ ਨੀਲ ਸੀ ਕੀਤਾ ਉਹਨਾਂ ਦੁੱਧ ਨਹੀਂ, ਉਸ ਹਿਸਾਬ ਨਾਲ ਤਾਂ ਮੱਝ ਡਿਸਟਰਬ ਹੋ ਗਈ ਸੀ। ਅੱਛਾ ਅੱਛਾ, ਮੇਲਾ ਲੱਗਿਆ ਤੇ ਮਾਸ਼ਾਅੱਲਾ ਵੇਖੋ ਕਿੰਨੀ ਰੌਣਕ ਲੱਗੀ, ਪੀਰ ਸਾਹਿਬ ਵੀ ਨੀਲੀ ਤੋਂ ਆ ਗਏ ਨੇ। ਮੇਲਾ ਪੰਜਾਬ ਦਾ ਰੌਣਕ
इंतजाम अच्छे ने जानवर माशा अच्छी परफॉर्मेंस लियाए ने इस दफा जिस तरह के तुम पता ही है कि टॉप क्लास बच्चा दो तीन चार जड़िया ने आईया ने परफॉर्मेंस उन्होंने मजा के आवन नाल इस मेले की रौनक बहुत ज्यादा इजाफा हो गया। इस वेले साडे कबड्डी दे बहुत अच्छे प्लेयर नजर नहीं आ रहे डॉक्टर सुनील साहब ਬਟ ਫੈਮਿਲੀ ਨੂੰ ਤਲਕ ਰੱਖਦੇ ਆ ਉਹਨਾਂ ਨਾਲ ਵੀ ਤਾਰਫ ਕਰਨੇ। ਅਸਲਾਮ ਵਾਲੇਕਮ ਜੀ, ਬਟ ਸਾਹਿਬ ਕੀ ਹਾਲ ਹੈ? ਬਟ ਸਾਹਿਬ ਕਬੱਡੀ ਦੇ ਮੈਦਾਨਾਂ ਵਿੱਚ ਤੁਹਾਡੇ ਖਾਨਦਾਨ ਦਾ ਬੜਾ ਨਾਮ ਹੈ, ਮਾਸ਼ਾਅੱਲਾ ਅੱਜ ਮੱਝ ਲੈ ਕੇ ਇਸ ਰਿੰਗ ਵਿੱਚ ਵੀ ਆ ਗਏ ਜੀ। ਪਹਿਲੇ ਤੇ ਆਪਣਾ ਸਾਰਾ ਮੁਕੰਮਲ ਤਾਰਫ ਕਰਾਓ ਜੀ। ਮੇਰਾ ਵਿਕਾਸ ਪਾਟਾ ਇੰਟਰਨੈਸ਼ਨਲ ਕਬੱਡੀ ਪਲੇਅਰ ਭਾਈ ਮਾਸ਼ਾਅੱਲਾ ਕਿੰਨੇ ਭਾਈ ਆਪਣੇ ਕਬੱਡੀ ਪਲੇਅਰ ਇੰਟਰਨੈਸ਼ਨਲ? ਪੰਜ ਭਾਈ ਕਬੱਡੀ ਖੇਲਦੇ ਆ, ਅੱਛਾ ਜੀ, ਚਾਰ ਭਾਈ ਇੰਟਰਨੈਸ਼ਨਲ। ਮਾਸ਼ਾਅੱਲਾ ਜੀ, ਤੇ ਕੈਸਾ ਮਹਿਸੂਸ ਕਰ ਰਹੇ ਜੀ ਇਸ ਆਪਣੀ ਜਿਹੜਾ ਵਿਰਸਾ ਵਾ, ਆਪਣਾ ਮਾਸ਼ਰਾ ਵੀ, ਆਪਣੀ ਸਕਾਫਤ ਵੀ ਆ ਮੱਝਾਂ ਦੀ ਜਿਹੜੀ ਤੁਸੀਂ ਲੈ ਕੇ? ਅਸੀਂ ਵੈਸੇ ਵੀ 14 ਸਾਲ ਤੋਂ ਬਲਕਿ 25 ਸਾਲ ਤੋਂ ਮੈਦਾਨਾਂ ਦੇ ਵਿੱਚ ਆ, ਅਲਹਮਦੁਲਿਲਾ। ਲੇਕਿਨ ਇਹਦਾ ਵੀਲ ਨਹੀਂ, ਲੇਕਿਨ ਇਹ ਮੈਦਾਨ ਜਿਹੜਾ ਉਸ ਕਬੱਡੀ ਤੋਂ ਹਟ ਗਿਆ, ਹਾਂਜੀ, ਇਹਦਾ ਮਜ਼ਾ ਹੋਰ ਆ ਜ਼ਰਾ। ਠੀਕ, ਤੇ ਕਿਹੜੀ ਮੱਝ ਤੁਸੀਂ ਲੈ ਕੇ ਆਏ ਜੀ? ਇਹ ਆ ਮੱਝ ਲੈ ਕੇ ਆਏ। ਅੱਛਾ, ਤੇ ਕੈਸਾ ਤਜਰਬਾ ਚੱਲ ਰਿਹਾ ਜੀ? ਤਜਰਬਾ ਪਹਿਲੀ ਦਫਾ ਆ, ਅੱਛਾ, ਅਲਹਮਦੁਲਿਲਾ ਦੂਸਰੇ ਨੰਬਰ ਤੇ ਆ ਰਹੇ ਹਾਂ, ਮਾਸ਼ਾਅੱਲਾ, ਅੱਲਾਹ ਪਾਕ ਰਹਿਮਤ ਸਾਡੇ ਵਾਸਤੇ ਇਹ ਪਹਿਲਾ ਹੀ ਆ ਨੰਬਰ। ਅੱਛਾ, ਪਹਿਲੀ ਦਫਾ ਆਏ ਆ, ਸਾਡਾ ਤਜਰਬਾ ਨਹੀਂ ਇੰਨਾ ਹੈ, ਸਾਡੇ ਵਾਸਤੇ ਇਹ ਨੰਬਰ ਪਹਿਲਾ ਹੀ ਆ। ਤੇ ਮਾਈ ਦਾ ਨਾਮ ਵੀ ਦੱਸੋ ਜੀ ਆਪਣੀ। ਨਾਮ ਅੱਲਾਹ ਵਾਲੀ। ਅੱਲਾਹ ਵਾਲੀ, ਚਲੋ ਦੂਰੋਂ ਥੋੜੀ ਵੀਡੀਓ ਬਣਾਉਣੇ, ਡਾਂਟਣਾ ਜਾ ਰਿਹਾ ਸਿਰਫ 10 ਮਿੰਟ। ਲਓ ਜੀ, ਬੱਟ ਸਾਹਿਬ ਦੀ ਮੱਝ ਜੀ, ਅੱਲਾਹ ਵਾਲੀ, ਆਹ ਦੇਖ ਸਕਦੇ ਜੀ ਤੁਸੀਂ ਕੈਮਰੇ 'ਚ, ਸੁਬਹ ਮਾਸ਼ਾਅੱਲਾ ਮੱਝ ਨੇ ਚੰਗਾ ਦੁੱਧ ਕੀਤਾ ਵਾ। ਥੋੜਾ ਦੂਰੋਂ ਇਸ ਲਈ ਵੀਡੀਓ ਬਣਾ ਰਹੇ ਹਾਂ ਕਿ ਜ਼ਰਾ ਡਰਨਾ ਜਾਵੇ, ਬਿਲਕੁਲ ਸੈਨਲ ਚਵਾਈ ਦਾ ਟਾਈਮ। ਡਾਕਟਰ ਦਰਸ਼ੇਰ ਅਲੀ ਸਾਹਿਬ ਮੇਰੇ ਵੱਡੇ ਭਾਈ, ਸਾਡੇ ਮੋਸਮ ਮਾਈ ਤੁਹਾਨੂੰ ਦਿਖਾਉਂਦੇ ਆ, ਅੱਜ ਮੈਂ ਚਵਾਈ ਦਾ ਵੀ ਟਾਈਮ ਬਿਲਕੁਲ ਸ਼ੁਰੂ ਹੋਇਆ ਖਲੋਤਾ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਮਾਈ ਦਾ ਨਾਮ ਜੀ ਅੱਲਾਹ ਵਾਲੀ, ਵਿਕਾਸ ਭੱਟ ਸਾਹਿਬ ਜੀ ਜੀ, ਰੱਬ ਨਵਾਜ਼ ਸਾਹਿਬ ਸਾਹਿਬ ਜੀ। ਦੋਸਤੋ, ਫਿਰ ਹੁਣ ਤੁਹਾਨੂੰ ਚਵਾਈਆਂ ਦਾ ਵੀ ਬਾਰੇ ਚ ਦੱਸਦੇ ਆ ਕੀ ਪੋਜੀਸ਼ਨ ਬਣਦੀ ਆ ਮਿੱਤਰਾਂ ਵਾਸਤੇ ਜੀ। ਇਹਨਾਂ ਸਾਡਾ ਮਾਨਵਾਲ ਬਣ ਗਿਆ ਜੀ, ਬਹੁਤ ਸ਼ੁਕਰੀਆ ਚੌਧਰੀ ਆਰਫ ਸਾਈ ਸਾਹਿਬ, ਚੌਧਰੀ ਸ਼ਹਿਬਾਜ਼ ਰਸੂਲ ਸਾਹਿਬ, ਸਾਡੀ ਮੁਕੰਮਲ ਮੀਡੀਆ ਦੀ ਜਿਹੜੀ ਟੀਮ ਹੈ ਜੀ, ਸਾਡੇ ਵੀਰ ਤਾਰਕ ਸੁਲਤਾਨ ਸਾਹਿਬ, ਭਾਈ ਨਾਦਰ ਸਾਹਿਬ ਤੇ ਭਾਈ ਹਾਫਿਜ਼ ਅਜ਼ਰ ਜੈਦ ਸਾਹਿਬ ਤੇ ਡਾਕਟਰ ਅਵੈਸ ਸਾਹਿਬ ਜੀ ਵੱਲੋਂ। ਹਾਂਜੀ, ਸ਼ੁਰੂ ਕਰਾਈਏ ਜੀ। ਲਓ ਜੀ, ਪਹਿਲਾ ਨੰਬਰ ਤੇ ਆ ਗਿਆ ਜੀ ਭਾਈ ਸਲਮਾਨ ਡੋਲਰ ਸਾਹਿਬ, ਖਿਡਾਰਨ ਦਾ ਨੰਬਰ ਹੈ ਜੀ 102-528-11 ਸਲੂਨ ਚਾਲ ਮਾਈ ਦਾ ਨਾਂ ਜੀ ਪਿਆਰੀ ਦੁੱਧ ਲੈ ਕੇ ਆ ਜਾਓ ਜੀ, 11 ਕਿਲੋ 940 ਗ੍ਰਾਮ ਦੁੱਧ ਹੈ ਜੀ ਇਹਦਾ, ਪਹਿਲੀ ਪੱਕੀ ਚਵਾਈ ਦਾ। ਭਾਈ ਸਲਮਾਨ ਡੋਲਰ ਸਾਹਿਬ ਪਟਿਆਲਾ ਦੀ ਧਰਤੀ, ਰਾਣਾ ਰਸਾਲ ਸਾਹਿਬ, ਰਾਣਾ ਗ੍ਰਾਮਰ ਸਿੰਘ ਸਾਹਿਬ, ਰਾਣਾ ਸ਼ੋਕਰ ਸਾਹਿਬ ਦੇ ਪਿੰਡ ਦੇ ਨਾਲ ਇਹ ਮਿੱਤਰ ਸੰਗਤਾਂ ਜੁੜੀਆਂ ਹੋਈਆਂ ਜੀ। ਹਾਜੀ ਅਖਤਰ ਸਾਹਿਬ ਨੇ ਮਾਈਕ ਤੋਂ ਨਿਗਰਾਨੀ ਕੀਤੀ ਹੈ ਜੀ। ਸਵੇਰ ਦੇ ਟਾਈਮ 11 ਕਿਲੋ 940 ਗ੍ਰਾਮ ਦੀ ਮਜ਼ਬੂਤ ਆ ਰਹੀਆਂ ਇਹ ਜਿਹੜੇ ਬੰਦੇ ਆ ਜੀ, ਕੀ ਗੱਲ ਹੈ ਇਹਨਾਂ ਨੂੰ ਯਾਰ? ਜੇ ਮੇਰੇ ਤੇ ਯਕੀਨ ਆ, ਗੰਦ ਕੰਮ ਕਰਦੇ ਆ ਤਾਂ ਮੈਂ ਤੁਹਾਡੇ ਤੱਕ ਆਵਾਜ਼ ਕੇ ਪਹੁੰਚਾਉਣ ਦੀ ਕੋਈ ਸ਼ੱਕ ਰਹੇਗਾ? ਮੈਨੂੰ ਏਦਾਂ ਵੇਖ ਲੈ ਜਿੱਦਾਂ ਮੈਂ ਮਿਲਣਾ ਗੁਰਪਾਲ ਸਵੇਰ ਦਾ, ਥੋੜੀ ਜਿਹੀ ਮਿਹਰਬਾਨੀ ਕਰਨਾ। ਲਓ ਜੀ, ਮਾਈ ਦੇ ਦੁੱਧ ਵਾਲਾ ਨਾ ਗਾ ਜੀ 12 ਕਿਲੋ 160 ਗ੍ਰਾਮ ਦੀ ਮਜ਼ਬੂਤ ਆ ਜਾ ਭਾਈ ਸਲਮਾਨ ਡੋਲਰ ਸਾਹਿਬ। ਲਓ ਜੀ, ਭਾਈ ਮਜਾਹ ਸਾਹਿਬ ਵਾਈਸ ਚੇਅਰਮੈਨ 487 ਮਛਲੇ ਨਿਕੋ ਮਾਈ ਦੇ ਨਾਲ ਕਬੂਤਰੀ, ਭਾਈ ਸਲਮਾਨ ਡੋਲਰ ਸਾਹਿਬ ਨੇ ਮਾਈ ਚਾਹੀ ਚਾਹੀ ਦੀ ਮਾਈ ਦੀ ਮੀਆਂ ਫਰੂਕ ਸਾਹਿਬ ਨੇ ਨਿਗਰਾਨੀ ਕੀਤੀ, ਪਹਿਲਾ ਮਾਈ ਦਾ ਦੁੱਧ ਆਈ ਹੈ 487 ਮਛਲੇ ਨਿਕੋ ਖਿਡਾਰਨ ਦਾ ਨੰਬਰ ਹੈ ਜੀ 107 ਨਾ ਹੈ ਖਿਡਾਰਨ ਦਾ ਕਬੂਤਰੀ। ਭਾਈ ਮਜਾਹ ਸਾਹਿਬ ਵਾਈਸ ਚੇਅਰਮੈਨ 487 ਵਾਲੇ ਪਹਿਲਾਂ ਜੋਤੀ।
जी पहले कैमरा तो सी सतनी भरपूर तारी पहले जो भाई मजार साहब सुनिया अतीक साहब 487 मच्छर निकले उन्होंने कदम है जी वेलकम जी एम खुश आमद जी माशाल्लाह जी लो जी 7 किलो 240 ग्राम जी भरपूर तारी भाई मजार साहब लो जी भाई हाजी रोहा टोकर साहब पूरे एलबी धरती खिलाड़ी का नाम है जी सस्सी भाई अक्रम टोकर साहब ने मच गई है भाई नवीन शफीक साहब ने नाम से 9 किलो 560 ग्राम भाई का नाम है जी सस्सी 112 नंबर खिलाड़ी को टैग लगा जी पूरे आदमी का अपने नाम से लगा जी मियां प्रवेश साहब जी मुकम्मल आर्गेनाइजर कमेटी बना दी कमेटी की खिदमत करते हुए मियां अतीक साहब साडे मुख्यमान इस्तेमाल जनाब डॉक्टर रशीद साहब ने नदीम सलमान साहब मुकम्मल एडवोकेट प्रादरी गाना गवर्नमेंट सूट साहब कोई तशा लाइक कर देने सर राम फाते साहब कटियाने जी वेलकम जी आनो खुश आमदी हाजी खान साहब जी नाम है वेलकम जी आनो खुश आमदी इमरान बेल साहब आए थे पास 9 किलो सिंगा सॉरी नवाब टोका साहब पूरे आदि का 111 नंबर टैग है जी खिलाफ का हाजी नवाब टोका साहब की दूसरी मैच पूरे आदि लगे के नाम तले का मैदान में है जी शेख सादी भाई 700 साल का मैच नहीं है जहां साल ने लगाने की दी तेरा अगला 660 का दो आदमी ने मेला में मैच विन किया जी शहजादी ने आते एक बार ताली मारो भाई 60 ओवर भाई शोभा टोका साहब हाजी नवाब टोका साहब की आला लाल है जी पूरे आदि का चले नाली में कौन अल्लाह का जी बाजी थोड़ी जी तस्वीर भाई नगर फिर मैच ने अपना बैलेंस कायम किया मैच का नाम है जी शहजादी हाजी शोभा साहब उन्होंने दे नजरों के बच्चे ने भाई शोभा टोका साहब भी भाई नवाब टोका साहब जी बिल्कुल जी पहले चोटी जी 31 किलो 900 ग्राम दो लेकर शेखपुर वाला पसंद गया तुम्हें मेला जीते जी बहुत शुक्रिया जी माशाल्लाह जी माच में सरल होने के बाद माच अपने लेवल जाए माच ने दो दो बजे देश रहा जी 15 किलो 100 ग्राम जी भरपूर तालियां माशाल्लाह जी पैर बांध के चल जी मुबारक बताई जी भाई विकास मत सब इंटरनेशनल कबड्डी प्लेयर भाई शरीर मत भाई शरीर मत भाई विकास मत भाई नहीं बन पाई असर पर उन्होंने मेरे जिन्हें भी तरह भंडारों का नाम है जी अल्लाह वाले
ਸਾਡੀ ਨਹੀਂ ਲੈਟਾਂ ਬਾਹਰ ਸਦਰ ਪਾਸਾ ਨਾਲੀ ਪਾਸਾ ਸਾਦਰ ਸਾਹਿਬ ਬੜਾ ਦੀਨਾ ਸਾਹਿਬ ਜੀ ਅੱਜ ਇੱਥੇ ਚਾਰਬਾਦੀ ਸਾਹਿਬ 13 ਕਿਲੋ 660 ਗ੍ਰਾਮ ਮਜ਼ਬੂਤ ਤਾਰੀਆਂ ਦੀ ਮਾਤਾ ਨਾਰੀ ਅੱਜ ਇੱਥੇ ਚਾਰਬਾਦੀ ਸਾਹਿਬ 143 ਜੀ ਮੈਂ ਸਿੱਧੂ ਮੱਤੀ ਤਰਤੀ ਆਈ ਹਜ਼ਾਰਾਂ ਦਾ ਨਾਮ ਹੈ ਜੀ ਚੰਦ ਭਾਈ ਰਾਣਾ ਦੀਨਾ ਸਾਹਿਬ ਅੱਜ ਹੋਈ ਹੈ ਜੀ ਕੱਲ ਲੜਾ ਸਾਹਿਬ ਨਿਗਰਾਨ ਸਾਹਿਬ ਜੀ 222 ਦੀ ਚੈਂਪੀਅਨ ਮੈਚ ਪੌਣੇ 50 ਕਿਲੋ ਤੋਂ ਦੇ ਕੇ ਪੱਤੋਂ ਕਿਹੜਾ ਮੇਲਾ ਵੇਨ ਕੀਤਾ ਜੀ ਚੰਗਾ ਰਿਕਾਰਡ ਕੰਮ ਕਰਦੀ ਪਈ ਜੀ 487 ਮੱਛੇ ਦੀ ਕੱਢੀ ਕਰਦੀ ਆ ਜੀ ਮੈਦਾਨ ਹੈ ਜੀ ਵੀਰ ਚੰਦ ਰਾਣਾ ਦੀਨਾ ਸਾਹਿਬ ਨੂੰ ਮੰਨਣਾ ਚਾਹੁੰਦਾ ਹੌਸਲੇ ਨਾਲ ਜੀ माशाला जी तगड़ा दुध जी तगड़ा मुकाबला 125 ਬਧਾਈਆਂ ਜੀ ਹਾਜੀ ਅਬਦੁਲ ਸਤਾਰ ਬੋਧੀ ਸਾਹਿਬ ਰਾਣਾ ਫਜ਼ਲ ਬਾਦ।